ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਗਈ ਆਪਣੇ ਯੂਟਿਊਬ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270719817। ਸੋ ਅੱਜ ਦੀ ਵੀਡੀਓ ਵਿੱਚ ਚੰਗੀ ਜਿੰਦ ਦੇਣ ਵਾਲੀ ਭਾਰੀ ਦੁੱਧ ਦੇਣ ਵਾਲੀ ਮੈਂ ਦਿਖਾਉਣੀ ਆ, ਇਹ ਸੇਲ ਆ ਡਿਟੇਲ ਇਹਦੇ ਬਾਰੇ ਵੀਰ ਤੋਂ ਪੁੱਛਦੇ ਆ। ਓਕੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਖਾਲਸਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸ ਦਿਓ ਜੀ ਆਪਣਾ। ਨਾਮ ਵੀਰੇ ਆਪਣਾ ਹਰਮੀਤ ਸਿੰਘ, ਪਿੰਡ ਮੂੰਹ, ਜ਼ਿਲ੍ਹਾ ਬਰਨਾਲਾ, ਪਿੰਡ ਮੂੰਹ। ਠੀਕ ਹੈ। ਸੀਨੀ ਵਾਲ ਚੰਨ ਵਾਲੇ ਦਾ ਨਾਂ ਨਾਲ ਆ ਗਿਆ। ਚੰਨ ਨਾਲ ਆਪਣੇ ਨਾਲ ਆ ਬਾਈ ਜੀ, ਸੀਨੀ ਵਾਲ ਵੱਡਾ ਛੋਟਾ। ਠੀਕ ਹੈ। ਇਧਰ ਮਹਿਲਕਲਾਂ ਕੋਲੇ ਆ ਗਿਆ, ਮਹਿਲਕਲਾਂ ਨੇੜੇ ਆ ਗਿਆ ਆਪਾਂ ਨੂੰ ਨਾਲ ਚੱਕ ਭਾਈ ਗਾ ਗਿਆ ਇਧਰ ਐਕੋਟ ਵਾਲੀ ਸਾਈਡ। ਠੀਕ ਹੈ। ਕੱਦੋ ਵਾਲਾ ਗਾ ਗਿਆ, ਕਹਿਲ ਆ ਗਿਆ। ਠੀਕ ਹੈ। ਮੋਬਾਈਲ ਨੰਬਰ ਆਪਣਾ? ਆਪਣਾ 98721097। 98721097 0977। ਜਿਹੜੇ ਭਾਅ ਬੂਰੀ ਮੱਝ ਦੇਖੀ ਜਾਂਦੇ ਆ, ਇਹ ਖਾਲਸਾ ਜੀ ਕਿੰਨੇ ਕੁ ਟਾਈਮ ਤੋਂ ਆਪਣੇ ਕੋਲ? ਇਹਨੂੰ ਫਿਰ ਹੋ ਗਿਆ ਆਪਣੇ ਕੋਲ ਕੋਈ 3-4 ਸਾਲ ਹੋ ਗਏ। ਠੀਕ ਹੈ। ਮੰਨ ਕੇ ਚਲੋ ਵੀ 200 ਦੁੱਧ ਪੀ ਲਿਆ ਆਪ ਇਹਦਾ ਘਰੇ? ਹਾਂ, 2 ਸੂਏ ਆਪਣੇ ਕੋਲ ਸੂਦੀ ਇਹ। ਠੀਕ ਹੈ। ਇੱਕ ਸੂਆ ਆਪਾਂ ਸੂਈ ਵੀ ਲਾਂਗੇ ਜਦੋਂ। ਲਗਭਗ ਮੰਨ ਕੇ ਚੱਲੇ ਵੀ 4-5 ਵਾਰ ਸੂਆ ਹੋ ਸਕਦੀ ਆ। ਹਾਂਜੀ ਹਾਂ ਬਾਈ। ਠੀਕ ਹੈ। 1-2 ਸੂਏ ਪਹਿਲਾਂ ਵੀ ਦਿੱਤੇ ਹੋਏ ਸੀ ਇਹਦੇ। ਹਾਂਜੀ ਹਾਂ ਬਾਈ। ਠੀਕ ਹੈ। ਅਤੇ ਹੁਣ ਦਿਨ ਕਿਆ ਲੈਂਦੇ ਸੂਨ ਦੇ ਵਿੱਚ ਅਜੇ? ਦਿਨ ਬਾਈ ਹਜੇ ਇਹ ਮੇਰੇ ਹਿਸਾਬ 'ਚ 5-7 ਦਿਨ ਹਫ਼ਤੇ ਦੇ ਡੇਟ ਫਿਰ ਲੈ ਜੂਗੀ। ਹਫ਼ਤਾ ਸੂਨ 'ਚ ਬਾਕੀ ਪਿਆ? ਹਾਂ, ਸੂਨ 'ਚ ਲੈ ਜੂ। ਅਤੇ ਫਿਰ ਪੂਰੇ ਹੋ ਗਏ ਉੱਥੇ, 10 ਦਿਨ ਪੂਰਾ ਦੀ ਸੁਣਦੀ ਹੁੰਦੀ ਆ। ਬੱਚੇ ਫਿਰ ਬੂਰੇ ਪਾਉਂਦੀ ਆ? ਹਾਂ ਬੱਚੇ ਬਾਈ ਬੂਰੇ ਤੇ ਕੀ ਆਪਣੇ ਬਾਲ ਝੁੱਟ ਜੇ ਕੇ ਉਦੋਂ ਗੱਭਣਾ ਹੈ। ਠੀਕ ਹੈ। ਇਸੇ ਸਾਂਢ ਤੋਂ ਗੱਭਣਾ ਗਈ? ਹਾਂ, ਆਪਣੇ ਬਾਲ ਝੁੱਟ ਇਹ ਤੋਂ ਗੱਭਣਾ, ਜਿਹੜਾ 2 ਮੇਲਿਆਂ ਦਾ ਜੇ ਕੇ ਆਣਾ, ਇਹਦਾ ਬੱਚਾ ਬੂਰਾ ਉਹ ਵੀ ਜੇ ਕੇ ਆਣਾ ਬਾਈ। ਠੀਕ ਹੈ। ਸਾਂਢ ਆਪਣੇ ਕੋਲੇ ਇਹ ਕਿਹੜੇ ਸਾਲਾਂ ਤੋਂ ਕਟਾਇਆ ਆਪਣੇ ਕੋਲ? ਇਹਨੂੰ ਬਾਈ ਹੋ ਗਿਆ ਆਪਣੇ ਕੋਲ 4-5 ਸਾਲ ਹੀ। ਠੀਕ ਹੈ। ਵਧੀਆ ਰਿਜ਼ਲਟ ਆ ਮਤਲਬ, ਹਨਾ? ਕਿ ਮੇਲੇ ਜਿੱਤੇ ਆਇਆ ਇਹ? ਮੇਲੇ ਬਾਈ 2 ਜਿੱਤ ਗਏ, ਧਨੌਲਾ ਤੇ ਚੜੈਕ। ਧਨੌਲਾ ਚੜੈਕ ਕਿਵੇਂ ਨੰਬਰ ਤੇ ਆਇਆ ਇਹ ਬਾਈ? ਚੜੈਕ ਸੀਗਾ ਇੱਕ ਦੂਜੇ ਤੇ। ਠੀਕ ਹੈ। ਪਹਿਲਾਂ ਥੋੜਾ ਧਨੌਲੇ ਪਿੱਛੇ ਰਹਿ ਗਿਆ ਸੀ। ਠੀਕ ਹੈ। ਹੁਣ ਵਧੀਆ ਤਿਆਰੀ ਚ ਹੈ, ਹਨਾ? ਹਾਂ, ਪੂਰੀ ਤਿਆਰੀ ਹੈ ਬਾਈ, ਇੱਕ ਵਧੀਆ ਨੰਬਰ ਪਾ। ਸਭਰ ਸਾਂਢ ਦੇਖੋ ਵੀ, ਸਾਂਢ ਵੀ ਜ਼ਬਰਦਸਤ ਆ, ਧਾਕੜ ਪੂਰਾ ਥਲੋ ਥਲੋ ਸਾਫ਼ ਆ। ਪਤਾ ਕੁਛ ਕਿਹੜੇ ਸੀਮਣ ਦਾ ਹੈ ਇਹ ਬਾਈ? ਪਿੰਦੇ ਗੱਲ ਬੋਈਆਂ ਵਾਲੇ ਕੋਲ ਮੱਝ ਆ, ਉਹਦਾ ਬੱਚਾ ਇਹ ਬਾਈ। ਠੀਕ ਹੈ। ਚੰਗੇ ਰਕਾਰ ਵਾਲੀ ਮੈਂ ਦਾ ਬੱਚਾ? ਹਾਂ, ਬਹੁਤ ਚੰਗੀ ਮੱਝ ਆ ਬਾਈ ਕੋਲ। ਠੀਕ ਹੈ। ਚਵਾਈ ਵੀ ਕਰਾਵਾਂਗੇ ਉਹਦੀ। ਠੀਕ ਹੈ। ਬਹੁਤ ਸੋਹਣੀ ਮੱਝ ਆ। ਤੇ ਮੱਝ ਥਲੇ ਗਿਆ ਨਹੀਂ ਫਿਰ ਦੁੱਧ ਕਿੰਨਾ ਚੋਇਆ ਪਏ ਥਲੇ? ਬਾਈ ਇਹ 15-16 ਕਿਲੋ ਖੁੱਲਾ ਦੁੱਧ ਹੀ ਜਾਊ। ਮੰਨ ਕੇ ਚੱਲੀਏ 15 ਕਿਲੋ ਵਾਲੀ ਮੈਂ ਹੈਗੀ ਆ। ਹੈਗੀ ਆ ਬਾਈ ਖੁੱਲਾ। ਬਾਕੀ ਕੱਦ ਬੈੱਡ ਜਿੰਦ ਜਾਣ ਬਹੁਤ ਹਨਾ? ਹਾਂ, ਪਹਿਲਾਂ ਬਾਈ ਇਹ ਆਪਣੇ ਪਿੰਡੀ ਢਪਾਲੀ ਉਹਨਾਂ ਨੇ ਮੇਲਿਆਂ ਤੇ ਚਵਾਈ ਵੀ ਹੈ ਮੱਝ। ਠੀਕ ਹੈ। ਇਹਦੇ ਮੇਲਿਆਂ 'ਚ ਚਵਾਈਆਂ ਹੋਈਆਂ ਵੀ ਆ? ਹਾਂ, ਆਪਣੇ ਕੋਲ ਸਰਟੀਫਿਕੇਟ ਵੀ ਹੈਗਾ 2। ਲਗਭਗ ਲੱਗੇ ਮੱਝ ਦਾ ਸੂਆ ਤਾਂ ਮੰਨ ਕੇ ਚੱਲ ਵੀ ਹੋ ਸਕਦਾ ਵੱਡਾ ਬੁਟਾ ਮਾੜਾ ਮੋਟਾ। ਸੂਆ 'ਚ ਵੱਡੀ ਹੈਗੀ ਆ। ਠੀਕ ਹੈ। ਤੇ ਉਹ ਜਾਨੀ ਦੀ ਬੱਚੇ ਲੈਣੇ ਜਿਹੜੇ ਬੰਦੇ ਨੇ, ਜਿਵੇਂ ਆਪਾਂ ਕੱਟਾ ਲਾਇਆ ਇਹਦਾ ਪੂਰਾ। ਠੀਕ ਹੈ। ਤੇ ਹੋਰ ਬੱਚੇ ਲਾਏ ਆ ਇਹਦੇ 1-2। ਠੀਕ ਹੈ। ਉਹ ਉਸ ਹਿਸਾਬ ਨਾਲ ਬੱਚੇ ਲੈਣ ਨੂੰ ਬਹੁਤ ਤਕੜੀ ਮੱਝ ਹੈ। ਜਿਹੜੇ ਕਹਿੰਦੇ ਬਰੀਡ ਚੰਗੀ ਬੁਰੀ ਤਿਆਰ ਕਰਨੀ ਹੈ, ਜਿਹਨੇ ਬਰੀਡ ਤਿਆਰ ਕਰਨੀ ਉਹਦੀ ਨਹੀਂ ਮਾੜੀ। ਤੇ ਬਾਕੀ ਬੱਚਾ ਵੀ ਸ਼ੋਅਰ ਆ, ਕੱਟੀ ਦੇ ਦੇ ਕੱਟਾ ਦੇ ਦੇ। ਹਾਂਜੀ। ਉਹ ਵਿਕਰੀ 'ਚ ਆਉਣ ਵਾਲਾ ਹੈਗਾਗਾ ਬਾਈ ਜੀ? ਮੈਂ ਕਿਹਾ 25-30 ਹਜ਼ਾਰ ਦਾ ਬੱਚਾ ਮੈਂ ਲੈ। ਜੈ ਜੈ ਗੱਲ ਲੈ ਲਾ ਕੇ ਆਪਾਂ, ਕਿਉਂਕਿ ਸਾਂਢ ਵੀ ਘਰੇ ਖੜਾਈ ਤਾਂ ਜਿਹੜੀ ਕ੍ਰੋਸ ਹੋਈ ਵੀ ਹਨਾ, ਤੇ ਬਾਕੀ ਪਿਛਲੀ ਯਾਰ ਦਾ ਖੜਾ ਬੱਚਾ ਇਹਦਾ ਮੇਲ ਕਾਫ ਹਨਾ। ਹਾਂ, ਸੋ ਮੇਲ ਕਾਫ ਦੇਖੋ, ਪਿਛਲੀ ਵਾਰ ਦਾ ਇਹਦਾ ਬੱਚਾ ਖੜਾ, ਸੋਹਣੇ ਬੱਚੇ ਪਾਉਂਦੇ ਆ। ਅੱਛਾ, ਕੱਟਾ ਵੀ ਇਹ? ਹਾਂਜੀ ਹਾਂ। ਤੇ ਚੜੈਕ ਵੀ ਇਹ ਨੰਬਰਾਂ ਤੇ ਸੀਗਾ। ਠੀਕ ਹੈ। ਤੇ ਪਸ਼ੂ ਫਿਰ ਸਾਰੇ ਸਾਂਢ ਵੀ ਰੱਖੀ ਜਾਏ ਹਨਾ? ਹਾਂਜੀ ਹਾਂ ਵੀਰੇ, ਬਸ ਹਿਸਾਬ ਨਾਲ ਹੀ ਰੱਖੀ। ਠੀਕ ਹੈ। ਧੋਰੀ ਫਿਰ ਖਾਲਸਾ ਬਾਹਰ ਨੂੰ। ਸੋ ਫਿਰ ਕੱਦ ਬੈੱਡ ਵਗੈਰਾ ਦੇਖ ਸਕਦੇ ਮੈਂ ਨਾ, ਚੰਗੀ ਜਿੰਦ ਜਾਣ ਵਾਲੀ ਰਾਜੀ ਸਮੀ ਪਲੀ ਵੀ, ਅਤੇ ਬਾਕੀ ਲੇਵਾ ਵਗੈਰਾ ਦੇਖੋ ਨੇੜੇ ਤੋਂ। ਸੋਹਣਾ ਮੁੱਠੀ ਵਾਲਾ ਥਾਣਾ, ਚਾਰੇ ਨਿਖੜਵੇਂ ਵਿੱਚੀ ਅਤੇ ਮਿਲਕ ਮੇਨ ਵਗੈਰਾ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਆ, ਅਤੇ ਪੂਰਾ ਐਨ ਜਮਾਂ ਮੁੱਠੀ 'ਚ ਥਾਣਾ ਹੁੰਦਾ, ਅਤੇ ਬਾਕੀ ਠੰਡੀ ਠੁੰਡੀ ਫਿਰ ਪੂਰੀ ਫੁੱਲ। ਠੀਕ ਹੈ। ਅਤੇ ਪੂਰੀ ਮੰਨ ਕੇ ਚਲੋ ਵੀ ਦੁੱਧ ਵਾਲਾ ਪੀਸ ਆ ਜਮਾਂ, ਹੈ ਨਾ? ਅਤੇ ਦਿਨ ਕੱਢ ਜਾਓ 5-7 ਵਜੇ, ਹੈ ਨਾ? ਠੀਕ ਹੈ। ਸੋ ਸਿੰਘ ਮੂੰਹ ਮੱਥਾ ਦੇਖੋ, ਕੁੰਡਾ ਸਿੰਘ, ਅਤੇ ਬਾਕੀ ਪੂਰੇ ਵਜਨ ਵਜੂਦ ਵਾਲੀ ਮੈਂ ਆ, ਅਤੇ ਸੂਆ ਤਾਂ ਸੁੰਦੀ ਵਾਲਾ ਹੋਊਗੀ 5ਵਾਂ ਹਤਮਾ, ਹੈ ਨਾ? ਸੂਏ 'ਚ ਹੈਗੀ ਆ ਮੈਂ।
ਤੇ ਧੋਰ ਦੀ ਖਾਲਸਾ ਲੈ ਚੱਲਣ ਤੈਨੂੰ। ਸੋ ਪਿਓਰ ਬੂਰੀ ਜਮਾਂ ਆਹ ਤਿੰਨ ਦਿਖਾਈ ਦਿੰਦੇ ਮੈਂ ਤੇ ਤਿੰਨਾਂ, ਠੀਕ ਹੈ ਬੱਚੇ ਫਿਰ ਨੀਲੀ ਰਾਹ ਵਿੱਚ ਪਾਊ ਜਮਾਂ ਹੈ ਨਾ। ਸੋ ਬੱਚਾ ਇਹਨੇ ਨੀਲੀ ਰਾਹ ਵਿੱਚ ਕਰਨਾ ਕਿਉਂਕਿ ਨੀਲੀ ਰਾਹ ਫਿਰ ਆਸਾਨ ਤੋਂ ਕਰੋਸ ਆ, ਬੂਰਾ ਨੀਲੀ ਰਾਹ ਵਿੱਚ ਪਾ ਸਕਦੀ ਆ, ਇਕੱਲਾ ਨੀਲੀ ਰਾਹ ਵਿੱਚ ਬੱਚਾ ਪਾ ਸਕਦੀ ਆ, ਲੇਵਾ ਵਗੈਰਾ ਚੰਗਾ ਅਤੇ ਪੂਰੀ ਵੱਡੀ ਬਾਡੀ ਮਾਂ ਤਰਾਲੀ ਮੈਂ ਆ ਜਾਵਾਂ। ਅਤੇ ਖਾਲਸਾ ਜੀ ਮੁੱਲ ਫਿਰ ਇਹਦਾ ਕੀ ਹੋਊਗਾ ਜੀ? ਜਿਹੀ ਚੀਜ਼ ਉਹ ਸਾਨੂੰ ਭਾਅ ਜੀ, ਠੀਕ ਹੈ ਮੰਨ ਕੇ ਚੱਲੇ 15 ਕਿਲੋ ਵਾਲੀ ਮੈਂ ਸ਼ੋਅਰ ਆ ਜਾਵਾਂ ਇਹ, ਹਾਂਜੀ ਬਾਈ ਹੈਗੀ ਹੈ, ਅਤੇ ਨਾਲੇ ਬੱਚੇ ਚੰਗੇ ਬਰੀਡ ਵਾਲੇ ਤਿਆਰ ਕਰਦੇ, ਪੂਰਾ ਸਿਰਾ ਬੱਚਾ ਦੂੰਗਾ, ਕਹੀ ਜਾਣਾ ਵੀ 30-35 ਹਜ਼ਾਰ ਦਾ ਬੱਚਾ ਮੈਂ ਤਾਂ ਲੈ ਜਾਊਂ, ਠੀਕ ਹੈ। ਸੋ ਮਿਲਕ ਮੈਨ ਦੇਖੋ ਐ ਮੂਹਰੀ ਲੱਤ ਤੱਕ ਜਾਂਦੀ ਪਈ ਨਹੀਂ ਗੱਲ, ਅਸਲ ਦੁੱਧ ਵਾਲੀ ਮੈਂ ਪਿਓਰ ਬੂਰੀ ਮੈਂ ਦਿਖਾਈ ਹੈ ਤੁਹਾਨੂੰ, ਪੈਣ ਦੋਨਾਂ ਸ਼ੈਡਾਂ ਤੇ ਬਹਿ ਜਾਈ, ਦੋਨਾਂ ਸ਼ੈਡ ਬਹਿ ਕੇ ਚੋਲੇ, ਠੀਕ ਹੈ ਜਿਹੜਾ ਮਰਜ਼ੀ ਬੈਠੇ ਜਿਹੜਾ ਕੋਈ ਦੇਖ ਕੇ ਦੇ, ਬੱਚੇ ਤੁਸੀਂ ਜਾਣੋਗੇ, ਠੀਕ ਹੈ ਪੈਂਟ ਮੂੰਹ ਜ਼ਿਲ੍ਹਾ ਬਰਨਾਲਾ ਨੰਬਰ ਬੋਲੀ ਬਾਰੇ ਆਪਣਾ, ਹਾਂਜੀ 97-21-09-77। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲ ਜਾਏ ਕਿਸੇ